ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕੇਂਦਰ ਸਰਕਾਰ ਵੱਲੋਂ ਚਲਾਈ ਮੁਹਿੰਮ ਖੇਲੋ ਇੰਡੀਆ ਪਿਛਲੇ ਹੀ ਦਿਨੀ ਸਮਾਪਤ ਹੋਈ, ਜਿਸ ਵਿੱਚ ਪਿੰਡ ਜਰਗ ਦੇ ਖਿਡਾਰੀ ਜਸਵੀਰ ਸਿੰਘ, ਗੁਰਕਰਨ ਸਿੰਘ ਅਤੇ ਦਿਲਪ੍ਰੀਤ ਸਿੰਘ ਨੇ ਵੇਟ ਲਿਫਟਿੰਗ ਵਿੱਚ ਕਾਂਸੀ ਦੇ ਤਗਮੇ ਜਿੱਤ ਕੇ ਪੂਰੇ ਇਲਾਕੇ ਦਾ ਨਾਂ ਰੋਸ਼ਨ ਕੀਤਾ, ਜਿਸ ਦੇ ਤਹਿਤ ਇਹਨਾਂ ਖਿਡਾਰੀਆਂ ਨੂੰ ਪਿੰਡ ਦੇ ਲੋਕਾਂ ਵੱਲੋਂ ਨਿਰੰਤਰ ਸਨਮਾਨਿਤ ਕਰਨਾ ਜਾਰੀ ਹੈ। ਪਿਛਲੇ ਦਿਨੀ ਸਾਬਕਾ ਸਰਪੰਚ ਹਰਮਿੰਦਰ ਸਿੰਘ ਨੇ ਆਪਣੇ ਘਰ ਇਹਨਾਂ ਖਿਡਾਰੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਪੰਚ ਭਵਨਦੀਪ ਸਿੰਘ, ਪੰਚ ਗੁਰਮੀਤ ਸਿੰਘ, ਸਾਬਕਾ ਸਰਪੰਚ ਜਤਿੰਦਰ ਸਿੰਘ ਭਿੰਦਾ ਤੋਂ ਇਲਾਵਾ ਹੋਰ ਭਾਰੀ ਗਿਣਤੀ ਵਿੱਚ ਲੋਕ ਹਾਜ਼ਰ ਸਨ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਪਿੰਡ ਪੰਜਾਬੀ ਚੈਨਲ। ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਸੈਂਟਰ ਸਰਕਾਰ ਦੀ ਮੁਹਿੰਮ ਖੇਲੋ ਇੰਡੀਆ ਪਿਛਲੇ ਹੀ ਦਿਨੀ ਸਮਾਪਤ ਹੋਈ ਹੈ, ਜਿਸ ਦੇ ਵਿੱਚ ਪਿੰਡ ਜਰਗ ਦੇ ਖਿਡਾਰੀਆਂ ਨੇ ਵੇਟ ਲਿਫਟਿੰਗ ਦੇ ਵਿੱਚ ਪੁਜੀਸ਼ਨਾਂ ਹਾਸਿਲ ਕੀਤੀਆਂ ਨੇ, ਕਾਂਸੀ ਦੇ ਤਗਮੇ ਜਿੱਤੇ ਨੇ। ਸੋ ਇਹਨਾਂ ਦਾ ਪਿੰਡ ਜਰਗ ਵੱਲੋਂ ਨਿਰੰਤਰ ਸਨਮਾਨਿਤ ਇਹਨਾਂ ਨੂੰ ਕੀਤਾ ਜਾ ਰਿਹਾ ਵੱਖ ਵੱਖ ਲੋਕਾਂ ਵੱਲੋਂ, ਵੱਖ ਵੱਖ ਸੰਸਥਾਵਾਂ ਵੱਲੋਂ। ਸੋ ਆਪਾਂ ਅੱਜ ਇੱਥੇ ਖੜ੍ਹੇ ਹਾਂ ਜੀ ਸਾਬਕਾ ਸਰਪੰਚ ਹਰਮਿੰਦਰ ਸਿੰਘ ਜੀ ਦੇ ਘਰ, ਜਿਨ੍ਹਾਂ ਨੇ ਇਹਨਾਂ ਖਿਡਾਰੀਆਂ ਨੂੰ ਸਨਮਾਨਿਤ ਕੀਤਾ। ਸੋ ਆਓ ਆਪਾਂ ਇਹਨਾਂ ਨਾਲ ਇੱਥੇ ਗੱਲ ਕਰਕੇ ਵੇਖਦੇ ਹਾਂ। ਸਰ ਸਰ ਸਭ ਤੋਂ ਪਹਿਲਾਂ ਤਾਂ ਪਿੰਡ ਪੰਜਾਬੀ ਚੈਨਲ ਦੇ ਵਿੱਚ ਤੁਹਾਡਾ ਬਹੁਤ ਬਹੁਤ ਧੰਨਵਾਦ। ਠੀਕ ਆ ਜੀ। ਸਰ ਜਿਸ ਤਰ੍ਹਾਂ ਆਪਣੇ ਪਿੰਡ ਜਰਗ ਦੇ ਵਿੱਚ ਅੱਜ ਤੋਂ 20-25 ਸਾਲ ਪਹਿਲਾਂ ਕਬੱਡੀ ਦੇ ਖਿਡਾਰੀਆਂ ਦਾ ਕਾਫੀ ਬੋਲਬਾਲਾ ਸੀ, ਉਹਨਾਂ ਦਾ ਇਲਾਕੇ ਦੇ ਵਿੱਚ ਨਾਂ ਸੀ। ਹੁਣ ਇਹਨਾਂ ਨੇ ਖਿਡਾਰੀਆਂ ਨੇ ਵੇਟ ਲਿਫਟਿੰਗ ਸੈਂਟਰ ਦੇ ਜੋ ਇਹ ਕੋਚਿੰਗ ਲੈ ਰਹੇ ਨੇ, ਉਹਨਾਂ ਦੇ ਵਿੱਚ ਇਹਨਾਂ ਨੇ ਪੁਜੀਸ਼ਨਾਂ ਹਾਸਿਲ ਕੀਤੀਆਂ ਨੇ ਖੇਲੋ ਇੰਡੀਆ ਦੇ ਵਿੱਚ, ਇਹਨਾਂ ਨੇ ਵੀ ਨਾਂ ਪੂਰਾ ਆਪਣਾ ਜਰਗ ਵੱਲੋਂ ਰੋਸ਼ਨ ਕੀਤਾ, ਇਸ 'ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਜਿਹੜੀਆਂ ਖੇਡਾਂ ਹੋਈਆਂ ਸੀ ਪੰਜਾਬ ਖੇਡੋ ਨੈਸ਼ਨਲ ਗੇਮ ਦੇ ਵਿੱਚ, ਸਾਡੇ ਪਿੰਡ ਦੇ ਦੋ ਖਿਡਾਰੀਆਂ ਨੇ ਦਿਲਪ੍ਰੀਤ ਸਿੰਘ ਅਤੇ ਗੁਰਕਰਨ ਸਿੰਘ, ਜਿਨ੍ਹਾਂ ਨੇ ਕਿ ਤੀਸਰਾ ਸਥਾਨ ਪ੍ਰਾਪਤ ਕਰਕੇ ਸਾਡੇ ਪਿੰਡ ਦਾ ਨਾਂ ਉੱਚਾ ਕੀਤਾ। ਸਾਨੂੰ ਬਹੁਤ ਵੱਡਾ ਮਾਣ ਆ ਨਗਰ ਨਿਵਾਸੀਆਂ ਨੂੰ ਕਿ ਇਹਨਾਂ ਨੌਜਵਾਨਾਂ ਨੇ ਬਹੁਤ ਵੱਡੀ ਪੁਜੀਸ਼ਨ ਲੈ ਕੇ, ਕਿਉਂ ਨੈਸ਼ਨਲ ਦੇ ਵਿੱਚ ਪੁਜੀਸ਼ਨ ਲੈਣੀ ਬਹੁਤ ਔਖੀ ਆ ਇਹਨਾਂ ਨੇ, ਕਿਉਂਕਿ ਇਹ ਨਸ਼ੇ ਤੋਂ ਦੂਰ ਨੇ, ਨਸ਼ੇ ਤੋਂ ਦੂਰ ਹੋਣ ਕਰਕੇ ਇਹਨਾਂ ਦੋਨਾਂ ਖਿਡਾਰੀਆਂ ਨੇ ਬਹੁਤ ਵੱਡਾ ਮਾਣ ਪ੍ਰਾਪਤ ਕੀਤਾ। ਸਾਨੂੰ ਬਹੁਤ ਵੱਡੀ ਖੁਸ਼ੀ ਆ ਨਗਰ ਨਿਵਾਸੀਆਂ ਨੂੰ, ਜਿਹੜਾ ਅੱਜ ਦਾ ਫੰਕਸ਼ਨ ਰੱਖਿਆ ਸਿਰਫ ਇਹਨਾਂ ਨੂੰ ਉਤਸ਼ਾਹ ਦੇਣ ਵਾਸਤੇ। ਚਾਹੀਦਾ ਵੀ ਸੀ ਕਿ ਸਾਡੇ ਨੌਜਵਾਨ ਨੂੰ ਉਤਸ਼ਾਹ ਹੋਵੇ ਤਾਂ ਕਿ ਜਿਹੜੇ ਦੂਸਰੇ ਨੌਜਵਾਨ ਨੇ ਉਹ ਵੀ ਨਸ਼ੇ ਤੋਂ ਦੂਰ ਹੋ ਕੇ ਇਹ ਖੇਡਾਂ ਦੇ ਵੱਲ ਪੈਣ, ਆਪਣਾ ਸਾਡੇ ਪਿੰਡ ਦਾ ਨਾਂ ਉੱਚਾ ਕਰਨ। ਤੀਸਰਾ ਜੋ ਸਾਡਾ ਨੌਜਵਾਨ ਆ ਜਸਵੀਰ ਸਿੰਘ, ਜਿਹੜਾ ਕਿ ਸਕੂਲ ਗੇਮਸ ਦੇ ਵਿੱਚੋਂ ਜਿਹਨੇ ਫਸਟ ਪੁਜੀਸ਼ਨ ਹਾਸਿਲ ਕੀਤੀ ਆ, ਗੋਲਡ ਮੈਡਲ ਹਾਸਿਲ ਕੀਤਾ, ਸਾਨੂੰ ਬਹੁਤ ਵੱਡਾ ਮਾਣ ਆ ਨਗਰ ਨਿਵਾਸੀਆਂ ਨੂੰ, ਕਿਉਂਕਿ ਇਹਨੇ ਆਪਦਾ ਨਾਂ ਨਹੀਂ ਰੋਸ਼ਨ ਕੀਤਾ, ਇਹਨੇ ਸਾਡੇ ਪਿੰਡ ਜਰਗ ਦਾ ਨਾਂ ਰੋਸ਼ਨ ਕੀਤਾ, ਜਿਹੜਾ ਕਿ ਸਾਰੇ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਜਰਗ ਦੇ ਨਾਂ 'ਤੇ ਜਾਣਿਆ ਜਾਂਦਾ। ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਨਗਰ ਨਿਵਾਸੀਆਂ ਵੱਲੋਂ। ਇਹਨਾਂ ਨੂੰ ਵਿਸ਼ਵਾਸ ਵੀ ਦਿਵਾਉਂਦੇ ਹਾਂ ਕਿ ਕਿਸੇ ਵੀ ਕਿਸਮ ਦੀ ਲੋੜ ਹੋਵੇ ਅਸੀਂ ਤੁਹਾਡੇ ਨਾਲ ਹਾਂ। ਮੈਂ ਵਾਹਿਗੁਰੂ ਅੱਗੇ ਫਿਰ ਬੇਨਤੀ ਕਰਦਾ ਕਿ ਸੱਚੇ ਪਾਤਸ਼ਾਹ ਇਹਨਾਂ ਨੂੰ ਦਿਲ ਦੁੱਗਣੇ ਰਾਹ ਚੌਗਣੀ ਤਰੱਕੀ ਬਖਸ਼ੀ। ਤੁਹਾਨੂੰ ਵੀ ਮੇਰੇ ਵੀਰੋ, ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਕਿ ਤੁਸੀਂ ਇਹ ਬਹੁਤ ਵੱਡੀ ਗੇਮ ਆ, ਤੁਸੀਂ ਤੁਹਾਨੂੰ ਬਹੁਤ ਲੋਕ, ਬਹੁਤ ਕਿਸਮ ਦੇ ਲੋਕ ਮਿਲਣਗੇ ਜਿਹੜੇ ਕਿ ਨਸ਼ਿਆਂ ਵੱਲ ਧੱਕਣਗੇ, ਕਿਉਂਕਿ ਆਮ ਬੰਦੇ ਨਹੀਂ ਡਰਦੇ ਕਿ ਸਾਡੇ ਜਿਹੜੇ ਨੌਜਵਾਨ ਨੇ ਉੱਪਰ ਉੱਠਣ। ਮੈਂ ਤੁਹਾਨੂੰ ਇੱਕ ਬੇਨਤੀ ਕਰਦਾ, ਹੱਥ ਬੰਨ ਕੇ ਬੇਨਤੀ ਕਰਦਾ ਕਿ ਕਿਸੇ ਦੇ ਮਗਰ ਨਾ ਲੱਗਿਓ, ਨਸ਼ੇ ਤੋਂ ਦੂਰ ਰਹਿੰਦੇ ਹੋ, ਦੂਰ ਵੀ ਰਹੋ, ਤੁਹਾਡਾ ਵਾਹਿਗੁਰੂ ਬਹੁਤ ਵੱਡੀਆਂ ਪਲਾਂਘਾਂ ਉੱਚੀਆਂ ਚੱਕੂਗਾ ਤਾਂ ਕਿ ਤੁਸੀਂ ਸਾਡਾ ਪਿੰਡ ਦਾ ਨਾਂ ਦੁਨੀਆ ਦੇ ਵਿੱਚ ਰੋਸ਼ਨ ਕਰੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ ਇੱਥੇ ਜਿਸ ਤਰ੍ਹਾਂ ਇਹ ਕੋਚਿੰਗ ਸੈਂਟਰ ਦੇ ਵਿੱਚ ਇਹ ਆਪਣੇ ਕੋਚਿੰਗ ਵੀ ਲੈਂਦੇ ਨੇ, ਆਪਣੇ ਜਿਹੜਾ ਆਪਣਾ ਜਰਗ ਵਿਖੇ ਬਣਿਆ ਹੋਇਆ, ਕਿਉਂਕਿ ਇਹ ਜਦੋਂ ਪ੍ਰੈਕਟਿਸ ਕਰਦੇ ਨੇ ਇਹਨਾਂ ਦੇ ਵਿੱਚ ਇਹਨਾਂ ਨੂੰ ਕੁਝ ਨਿੱਜੀ ਸਹਾਇਤਾ ਦੀ ਵੀ ਲੋੜ ਪੈਂਦੀ ਹੈ ਕਿ ਤੁਸੀਂ
ਕੁਝ ਇਹਨਾਂ ਲਈ ਸਹਾਇਤਾ ਦਾ ਕਰੋਗੇ ਪ੍ਰਬੰਧ? ਹਾਂ, ਇਹ ਸਾਨੂੰ ਦੱਸਣ, ਜਿਹੜੀ ਵੀ ਚੀਜ਼ ਦੀ ਲੋੜ ਹੋਊ ਅਸੀਂ ਬਿਲਕੁਲ ਜ਼ਰੂਰ ਇਹਨਾਂ ਨੂੰ ਪ੍ਰਬੰਧ ਕਰਕੇ ਦੇਵਾਂਗੇ। ਸਾਨੂੰ ਇਹ ਦੱਸਣ, ਦੱਸਿਆ ਵੀ ਕਰਨ, ਕਿਉਂਕਿ ਇਹਨਾਂ ਨੇ ਅੱਜ ਤੱਕ ਦੱਸਿਆ ਨਹੀਂ, ਜ਼ਰੂਰ ਦੱਸਿਆ ਕਰਨ। ਅਸੀਂ ਇਹਨਾਂ ਨੂੰ ਜੋ ਵੀ ਇਹਨਾਂ ਨੂੰ ਚੀਜ਼ ਦੀ ਲੋੜ ਆ ਅਸੀਂ ਜ਼ਰੂਰ ਪੈਦਾ ਕਰਕੇ ਦਿਆ ਕਰਾਂਗੇ। ਸੋ ਇਹ ਸੀ ਸਾਬਕਾ ਸਰਪੰਚ ਸਰਦਾਰ ਹਰਮਿੰਦਰ ਸਿੰਘ ਜੀ ਪਿੰਡ ਜਰਗ ਤੋਂ, ਜਿਨ੍ਹਾਂ ਨੇ ਅੱਜ ਇਹਨਾਂ ਸਾਰੇ ਹੀ ਨੌਜਵਾਨਾਂ ਨੂੰ ਇੱਥੇ ਬੁਲਾ ਕੇ ਸਨਮਾਨਿਤ ਕੀਤਾ, ਤਾਂ ਜੋ ਹੋਰ ਵੀ ਜਿਹੜੇ ਪਿੰਡ ਜਰਗ ਦੇ ਨੌਜਵਾਨ ਨੇ ਖੇਡਾਂ ਵੱਲ ਜਾਣ। ਪਿੰਡ ਪੰਜਾਬੀ ਚੈਨਲ ਤੋਂ ਲਖਵਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ।